¿Qué son ustedes? ¿Cuál sería el problema? ਦੇਖੋ ਮੇਰਾ ਜਿਹੜਾ ਮਕਸਦ ਹੈ ਅੱਜ ਟੂ ਫੋਲਡ ਹੈਗਾ। ਇੱਕ ਤਾਂ ਜਿਵੇਂ ਅਸੀਂ ਜਿਹੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਹਾਂ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਔਰ ਸਾਰੇ ਟੈਸਟ ਹਸਪਤਾਲ ਚੋਂ ਫ੍ਰੀ ਹੋਣੇ ਆ, ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ, ਤੁਹਾਡੇ ਸਾਹਮਣੇ ਕੀਤਾ। ਔਰ ਜਿਹੜੇ ਲੋਕ ਹੈ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ। ਦੂਜੀ ਸਾਡੀ ਜਿਹੜੀ ਫਰਿਸ਼ਤੇ ਸਕੀਮ ਅਸੀਂ ਲਾਂਚ ਕੀਤੀ ਆ ਸਾਡੇ ਸੀਐਮ ਸਾਹਿਬ ਨੇ, ਉਹਦੇ ਵਿੱਚ ਜਿਵੇਂ ਹੁਣ ਕੋਈ ਬੰਦਾ ਲੈ ਕੇ ਆਇਆ ਜੀ, ਉਹਨਾਂ ਨੂੰ ਐਕਸੀਡੈਂਟ ਹੈ, ਹੈਡ ਇੰਜਰੀ ਦਾ ਕੋਈ ਪੇਸ਼ੈਂਟ ਹੈ, ਇਹਨਾਂ ਵਾਸਤੇ ਸੀਗੀ ਉਹ, ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜੇ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਮਰੀਜ਼ ਨੂੰ, ਮਤਲਬ ਉਹਦੀ ਡੈਥ ਹੋ ਜਾਣੀ ਸੀ, ਪਰ ਉਹਨੇ ਉਹਦੀ ਹੁਣ ਇੰਟੂਬੇਸ਼ਨ ਹੋ ਗਈ ਆ। ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਤਲਬ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਾਲ ਸ਼ਿਫਟ ਕਰ ਰਹੇ ਹਾਂ ਔਰ ਲਾਈਫ ਸਪੋਰਟ ਦੇ ਨਾਲ ਕਰ ਰਹੇ ਹਾਂ ਉਹਨੂੰ, ਮਤਲਬ ਅਤੇ ਇਹ ਜ਼ਿੰਦਗੀ ਬਚਾਉਣ ਦੀ ਜਿਹੜੀ ਸ਼ੁਰੂਆਤ ਹੈ, ਜਿਹੜੀ ਫਰਿਸ਼ਤੇ ਸਕੀਮ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ, ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਧਰਾਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ। ਧਰਾਤਲ ਦੇ ਉੱਤੇ ਉਹ ਸਕੀਮਾਂ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਹਾਂ, ਲੋਕਾਂ ਨਾਲ ਸਲਾਹ ਕਰਦੇ ਹਾਂ ਅਸੀਂ, ਉਹ ਧਰਾਤਲ 'ਤੇ ਜਾ ਕੇ ਦੇਖਣਾ, ਉਹ ਮੈਂ ਕੰਮ ਜਿਹੜਾ ਹੈ ਉਹ ਮੇਰਾ ਮਿਸ਼ਨ ਹੈ। ਅਤੇ ਦੂਜਾ ਸਾਡਾ ਨੈਸ਼ਨਲ ਡੀ ਵਰਮਿੰਗ ਡੇ ਅੱਜ, ਜਿਹੜਾ ਬੱਚਿਆਂ ਦੇ ਵਿੱਚ ਅਨੀਮੀਆ ਹੁੰਦਾ ਜਾਂ ਬੱਚਿਆਂ ਦੇ ਵਿੱਚ ਕਮਜ਼ੋਰੀ ਆ, ਬੱਚੇ ਦੀ ਗਰੋਥ ਨਹੀਂ ਹੋ ਰਹੀ, ਬੱਚਾ ਵੱਧ ਫੁੱਲ ਨਹੀਂ ਰਿਹਾ, ਖੇਡਦਾ ਨਹੀਂ ਹੈ, ਮਤਲਬ ਉਹਦੇ ਪੇਟ 'ਚ ਦਰਦ ਹੁੰਦੀ ਹੈ, ਉਹਦੇ ਵਾਸਤੇ ਜਿਹੜਾ ਨੈਸ਼ਨਲ ਡੀ ਵਰਮਿੰਗ ਡੇ ਆ ਜਿਹੜੇ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜਾ ਸੀਗਾ ਉਹ ਮੈਂ ਇਸ ਤੋਂ ਬਾਅਦ ਜਾ ਕੇ ਲਾਂਚ ਕਰਾਂਗਾ ਜੀ। ਇਹ ਕੰਮ ਜਿਸ ਤਰ੍ਹਾਂ ਅੱਜ ਸੀਗਾ ਜੀ, ਹੁਣ ਲੋਕਾਂ ਦੇ ਵਿੱਚ ਆਲਰੇਡੀ ਵਿਸ਼ਵਾਸ ਹੈ ਮਾਨ ਸਰਕਾਰ ਦੇ ਵਿੱਚ, ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਅਸੀਂ ਉੱਥੇ ਆਸੇ ਪਾਸੇ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਉਂਦੀ ਹੋਈ ਉਹਨੂੰ ਚੱਕ ਕੇ ਇਹ ਹੈਗਾ ਜੀ, ਇਹ ਫਰਿਸ਼ਤਾ ਹੈ ਜੀ, ਇਹ ਲੈ ਕੇ ਆਇਆ ਜੀ, ਉਹਨੂੰ ਇਹ ਫਰਿਸ਼ਤਾ ਹੈ ਜੀ, ਇਹਨੂੰ ਅਸੀਂ ਸਮਾਨ ਪੱਤਰ ਵੀ ਦੇਵਾਂਗੇ, ਸਾਰਾ ਪਾਰਟੀਕੁਲਰ ਨੋਟ ਕਰਾਉਣੇ ਆਪਣੇ, ਇਹਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ, ਕੋਈ ਤੰਗ ਨਹੀਂ ਕਰੇਗਾ, ਕੋਈ ਪਰੇਸ਼ਾਨ ਨਹੀਂ ਕਰੇਗਾ, ਇਹਨਾਂ ਨੇ ਮਰੀਜ਼ ਨੂੰ ਹਸਪਤਾਲ 'ਚ ਪਹੁੰਚਾਤਾ, ਇਹ ਫਰਿਸ਼ਤਾ ਬਣ ਗਿਆ ਜੀ। ਦੂਜੇ ਫਰਿਸ਼ਤੇ ਡਾਕਟਰ ਹੈ ਜੀ, ਡਾਕਟਰ ਉਹਨੂੰ ਸਟੇਬਲਾਈਜ਼ ਕਰਕੇ ਉਹਨੂੰ ਆਪਣਾ ਉਹਦੇ ਉਹਨੂੰ ਸਾਹ ਜਿਹੜਾ ਉਹਨੂੰ ਆਉਂਦਾ ਕਰਕੇ, ਚਾਹੇ ਉਹ ਮਸ਼ੀਨ ਦੇ ਨਾਲ ਹੋਵੇ ਚਾਹੇ ਐਂਬੋ ਬੈਗ ਦੇ ਨਾਲ ਹੋਵੇ, ਉਹਨੂੰ ਨਿਊਰੋ ਸੈਂਟਰ ਜਿਹੜਾ ਸਾਡਾ ਹੈਗਾ, ਜਿਵੇਂ ਸਾਡਾ ਰਜਿੰਦਰਾ ਹਸਪਤਾਲ ਦੇ ਵਿੱਚ ਮੈਂ ਉੱਥੇ ਸਾਰੀ ਕਮਿਊਨੀਕੇਸ਼ਨ ਕਰ ਲਈ, ਉਹ ਕਮਿਊਨੀਕੇਸ਼ਨ ਅਸੀਂ ਬੈਟਰ ਕਰ ਰਹੇ ਹਾਂ ਵੀ ਆਨਲਾਈਨ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੋਏਗੀ ਕਿ ਰਜਿੰਦਰਾ ਹਸਪਤਾਲ 'ਚ ਇੰਨੇ ਬੈੱਡ ਅਵੇਲੇਬਲ ਹੈ, ਫਰੀਦਕੋਟ 'ਚ ਇੰਨੇ ਆ, ਸਰਕਾਰੀਆਂ 'ਚ ਇੰਨੇ ਆ, ਪ੍ਰਾਈਵੇਟ 'ਚ ਇੰਨੇ ਆ। ਅੱਗੇ ਮਰੀਜ਼ ਦਾ ਕੋਈ ਅਟੈਂਡੈਂਟ ਆ ਜਾਵੇ ਉਹਦੀ ਮਰਜ਼ੀ, ਉਹ ਪ੍ਰਾਈਵੇਟ ਚਲਾ ਜਾਵੇ, ਫੋਰਟੀ 'ਚ ਚਲਾ ਜਾਵੇ, ਸਾਡੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ 'ਚ ਜੇ ਬੰਦੇ ਦਾ ਜਿਹੜੇ ਉਹਦੇ ਹੈਡ ਇੰਜਰੀ ਆ ਜੇ ਉਹਦਾ ਆਪਰੇਸ਼ਨ ਹੋਣਾ, ਐਮਰਜੈਂਸੀ ਆਪਰੇਸ਼ਨ, ਰਜਿੰਦਰਾ ਉਹ ਫ੍ਰੀ ਹੋਏਗਾ ਜੀ, ਹੋਰ ਜਿੱਥੇ ਵੀ ਹੋਏਗਾ। ਭਾਰਤ ਤਾਂ ਹਮੇਸ਼ਾ ਜਿਹੜਾ ਹੁੰਦਾ ਸਕੋਪ ਹੁੰਦਾ, ਬਟ ਜਿਹੜੀ ਸਕੀਮ ਹੈ ਬਹੁਤ ਅੱਛਾ ਟੇਕ ਆਫ ਹੈ, ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸੈਪਸ਼ਨ ਹੈ, ਸਾਡਾ ਸਟਾਫ ਪੂਰੇ ਜੋਸ਼ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਬਹੁਤ ਅੱਛੇ ਤਰੀਕੇ ਦੇ ਨਾਲ ਚੱਲ ਰਹੀ ਹੈ, ਸੁਧਾਰ ਤਾਂ ਅਸੀਂ ਕਰਦੇ ਰਹਾਂਗੇ। ਲੇਟ ਹੈਗੇ ਜੀ, ਹੁਣ ਉਹਨਾਂ ਨੂੰ ਆਪਰੇਸ਼ਨਲ ਕਰਨਾ, ਸਾਹਮਣੇ ਮੈਂ ਬਿਲਡਿੰਗ ਦੇਖਣ ਜਾ ਰਿਹਾ ਜੀ, ਨਵੀਂ ਬਿਲਡਿੰਗ ਬਣ ਰਹੀ ਹੈ, ਉਹਨੂੰ ਡੀਕਨਜਸਟ ਕਰਕੇ ਉਹਦੇ 'ਚ ਇੰਟੈਂਸਿਵ ਕੇਅਰ ਯੂਨਿਟ ਬਣਾਵਾਂਗੇ ਅਸੀਂ। ਅਸੀਂ ਡਾਕਟਰਸ ਭਰਤੀ ਕਰ ਰਹੇ ਹਾਂ, ਉਹਦੇ ਵਾਸਤੇ ਸਾਡੇ ਕੋਲ ਜਿਹੜੇ ਬੇਸਿਕਲੀ ਜਿਹੜੇ ਬੇਸਿਕ ਮੈਡੀਕਲ ਡਾਕਟਰਸ ਆ, ਜਿਹੜੇ MBBS ਡਾਕਟਰਸ ਆ, ਉਹਨਾਂ ਦੀ ਸ਼ਾਰਟੇਜ ਹੈ, ਬਹੁਤ ਸਾਰੇ ਡਾਕਟਰਸ PG ਕਰਨ ਚਲੇ ਜਾਂਦੇ ਆ ਜੀ, ਕੋਈ ਬਾਹਰ ਚਲਾ ਗਿਆ, ਕੋਈ ਆਪਣੇ ਜਿਹੜੇ ਹੈਗੇ ਮਤਲਬ ਕਿਸੇ ਤਰੀਕੇ ਦੇ ਨਾਲ ਆਪਣਾ ਸਪੈਸ਼ਲਾਈਜੇਸ਼ਨ ਕਰਨ ਚਲਾ ਗਿਆ, ਉਹ ਲਗਾਤਾਰ ਘੱਟਦੇ ਰਹਿੰਦੇ ਆ ਜੀ, ਕੋਈ ਰਿਜ਼ਾਈਨ ਵੀ ਕਰਦੇ।